ਜਸ ਟੀਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਕਾਂਗਰਸ ਦਾ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ, ਰੋਜ਼ ਮੀਟਿੰਗਾਂ ਹੋ ਰਹੀਆਂ, ਬੈਠਕਾਂ ਹੋ ਰਹੀਆਂ ਤੇ ਉਹਨਾਂ ਬੈਠਕਾਂ ਦੇ ਵਿਚਾਲੇ ਕੀ ਕੁਝ ਨਿਕਲਦਾ ਪਿਆ, ਮੀਡੀਆ ਵਾਰ-ਵਾਰ ਉਹਨਾਂ ਸਵਾਲ ਕਰਦਾ ਪਰ ਉਹਨਾਂ ਸਵਾਲਾਂ ਦੇ ਵਿਚਾਲੇ ਵਿਧਾਇਕ ਆ ਜਿਹੜੇ ਉਹ ਵੀ ਫਸੇ ਪਏ ਆ ਕਿ ਅਸੀਂ ਜਵਾਬ ਦਈਏ ਕੀ ਮੀਡੀਆ ਸਾਹਮਣੇ। ਕੈਪਟਨ ਅਮਰਿੰਦਰ ਸਿੰਘ ਦਾ ਤੜਾ ਕੀ ਬੋਲਦਾ ਪਿਆ, ਸਵਾਲ ਇਹ ਵੀ ਹੈ ਕੀ ਆ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਜਦੋਂ ਪ੍ਰਗਟ ਸਿੰਘ ਇਹ ਕਹਿਣ ਬਾਹਰ ਆ ਕੇ ਕਿ ਕੈਪਟਨ ਅਮਰਿੰਦਰ ਸਿੰਘ ਆਪਦਾ ਸਰਵੇ ਕਰਵਾ ਲੈਣ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਿੰਨੀ ਕਬੂਲ ਕਰਦਾ ਪੰਜਾਬ, ਇਹ ਸਵਾਲ ਵੀ ਆਪਣੇ ਆਪ ਵਿੱਚ ਖੜਾ ਹੋ ਜਾਂਦਾ। ਸੁਰਜੀਤ ਮਾਨ ਜਿਹੜੇ ਬਿਆਨ ਸੀਗੇ ਉਹਨਾਂ ਦੇ ਨਾਲ ਪ੍ਰਗਟ ਸਿੰਘ ਖੜੇ ਦਿਖਾਈ ਦਿੰਦੇ ਆ, ਨਵਜੋਤ ਸਿੱਧੂ ਰੋਜ਼ ਸੋਸ਼ਲ ਮੀਡੀਆ 'ਤੇ ਵਾਰ ਕਰਦੇ ਪਏ ਆ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਉਹ ਆਪਦੇ ਤਰੀਕੇ ਨਾਲ ਚੱਲਦਾ ਪਿਆ। ਬਹੁਤ ਸਾਰੇ ਸਵਾਲ ਹੈ ਅਤੇ ਸਵਾਲ ਵੱਡਾ ਇਹ ਪੁੱਛਣਾ ਚਾਹੀਦਾ ਜਿਹਦੇ ਵਿੱਚ ਏਜੰਡਾ ਕਲੀਅਰ ਨਹੀਂ ਹੋ ਪਾ ਰਿਹਾ। ਏਜੰਡਾ ਕਲੀਅਰ ਹੋਣਾ ਚਾਹੀਦਾ, ਸਰਕਾਰ ਡਿੱਗਣੀ ਹੈ ਜਾਂ ਕੈਪਟਨ ਲਾਉਣਾ। ਪਹਿਲਾਂ ਬਿਆਨ ਸੁਣ ਲਈਏ ਕਾਂਗਰਸ ਵਿਧਾਇਕਾਂ ਦੇ ਕੀ ਹੈ, ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਉਹਨਾਂ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਯਾਰ, ਮੈਂ ਤਾਂ ਉਦੋਂ ਵੀ ਇਹੀ ਗੱਲ ਕਹੀ ਸੀ, ਹੋਰ ਕੀ ਹੈ, ਨਹੀਂ ਲੜਨੀ ਚਾਹੀਦੀ। ਤੁਸੀਂ ਮੰਨਦੇ ਹੋ ਕਿ ਦਿੱਲੀ ਕਦੋਂ ਇੱਕ ਮਿੰਟ ਬੋਲਣ ਦਾ ਯਾਰ, ਬੋਲਣ ਦੇ ਜੀ, ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ। ਹਾਂਜੀ, ਮੈਂ ਤਾਂ ਦੇਖੋ ਉੱਥੇ ਵੀ ਇੱਕੋ ਗੱਲ ਕਹੀ ਸੀ ਕਿ ਆਪਣਾ ਸਰਵੇ ਇਹ ਆਪ ਕਰਾ ਲੈਣਾ, ਜੇ ਸਰਵੇ ਕਰਾ ਲੈਣਗੇ ਤਾਂ ਪਤਾ ਲੱਗ ਜਾਊਗਾ। ਲੱਗਦਾ ਹੈ ਕਿ ਯਦੀ ਚੁਣਾਵ ਜੋ ਹੈ ਕੈਪਟਨ ਕੀ ਅਗਵਾਈ ਮੇਂ ਲੜਾ ਜਾਏਗਾ ਤੋ ਨੁਕਸਾਨ ਹੋਗਾ ਕਾਂਗਰਸ ਕੋ। ਔਰ ਕਿਆ ਹੋਗਾ, ਹਮ ਰਮਾਇਣ ਥੋੜੀ ਪੜ ਰਹੇ ਯਾਰ, ਤੋ ਵਹੀ ਕਰ ਰਹੇ। ਨੰਬਰ ਤਾਂ ਦਿੰਦੀ ਹੈ ਜਨਤਾ, ਨੰਬਰ ਦੇਣ ਵਾਲਾ ਮੈਂ ਕੋਈ ਹੈ ਨਹੀਂ, ਪਰ ਜੇ ਅਸੀਂ ਕੰਮਾਂ ਦੀ ਤਰਜਮਾਨੀ ਦੇਖੀਏ, ਕੰਮਾਂ ਦਾ ਸਿਸਟਮ ਦੇਖੀਏ, ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ, ਕਿਉਂਕਿ ਪੰਜਾਬ ਦੇ ਲੋਕਾਂ ਦੇ ਮੁਤਾਬਕ ਅਸੀਂ ਗੱਲ ਕਰਨੀ। ਹੁਣ ਮੈਂ ਤੁਸੀਂ ਕਹਿਤਾ, ਮੈਂ ਕਹਿਦਾ ਜੀ ਮੈਂ 10 ਚੋਂ 10 ਦਿੰਦਾ, ਸਾਡੇ ਬਥੇਰੇ MLA ਹੋਣਗੇ ਜਿਹੜੇ 10 ਚੋਂ 10 ਦੇਣਗੇ, ਪਰ ਨਹੀਂ ਯਾਰ, ਆਤਮਾ ਨਹੀਂ ਕਹਿੰਦੀ ਕਿਵੇਂ ਦੇ ਦੀਏ। ਅਸੀਂ ਤਾਂ ਜਿਹੜੇ ਲੋਕ ਨੇ, ਲੋਕਾਂ ਦੀ ਆਵਾਜ਼ ਆ, ਜੋ ਲੋਕ ਨੰਬਰ ਦੇ ਰਹੇ ਨੇ, ਧਮਾਣ ਆਪ ਦਿਲ ਉਹ ਨੰਬਰ ਨਹੀਂ ਦੇ, ਲੋਕਾਂ ਵਾਲੇ ਨੰਬਰ ਮੈਂ ਦੇ ਰਿਹਾ। ਲੋਕ ਇਹ ਕਹਿੰਦੇ ਨੇ ਕਿ ਤੁਹਾਡੀ ਸਰਕਾਰ ਫੇਲ ਹੋਈ ਹੈ, ਇਹਦੇ ਨੰਬਰਾਂ ਦਾ ਅੰਦਾਜ਼ਾ ਤੁਸੀਂ ਆਪ ਲਾ ਲਓ। ਇਸ ਡਿਬੇਟ ਦੇ ਵਿੱਚ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਪੰਜਾਬ ਵਿੱਚ ਕਾਂਗਰਸ ਅਤੇ ਕੈਪਟਨ ਸਰਕਾਰ ਦਾ ਅਸਲ 'ਚ ਸੰਕਟ ਹੈ ਕੀ ਹੈ। ਇਸ ਸਵਾਲ 'ਤੇ ਬਹਿਸ ਹੋਵੇਗੀ, ਪੈਨਲ ਸਾਡਾ ਮੌਜੂਦਾ ਉਹਨਾਂ ਦਾ ਤਾਰਫ ਕਰਾ ਰਹੇ ਹਾਂ ਫਟਾਫਟ ਅਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਹਾਂ। ਮਾਲਵਿੰਦ ਸਿੰਘ ਮਾਲੀ ਪੋਲੀਟੀਕਲ ਕਮੈਂਟਰੀ ਤੌਰ 'ਤੇ ਵਿਚਰਦੇ ਨੇ ਅਤੇ ਅਕਸਰ ਵੱਡੀਆਂ ਵੱਡੀਆਂ ਪੋਸਟਾਂ ਲਈ ਜਾਣੇ ਜਾਂਦੇ ਆ, ਸੋਸ਼ਲ ਮੀਡੀਆ 'ਤੇ ਬਹੁਤ ਪੋਸਟਾਂ ਪਾਉਂਦੇ ਆ। ਮਾਲੀ ਸਾਹਿਬ ਅੱਜ ਕੱਲ੍ਹ ਜ਼ਿਆਦਾ ਪਾ ਰਹੇ ਨੇ, ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਸਪੋਕਸਪਰਸਨ ਹੈ, ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਾਕੀ ਧੜਾ ਉਸ ਨੂੰ ਜ਼ਿਆਦਾ ਇਹ ਰੀਪ੍ਰਜੈਂਟ ਕਰਦੇ। ਰਾਣਾ ਬਲਜੀਤ ਸਿੰਘ ਚਹਿਲ ਤੁਹਾਡਾ ਬਹੁਤ ਸਵਾਗਤ ਹੈ। ਹਰੀਸ਼ ਰਾਏ ਟਾਂਡਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ ਅਤੇ ਫਾਰਮਰ CPS ਨੇ ਅਤੇ ਬੜੇ ਮਸ਼ਹੂਰ ਵਕੀਲ ਵਜੋਂ ਜਾਣੇ ਜਾਂਦੇ ਆ, ਅਤੇ ਹਰੀਸ਼ ਰਾਏ ਟਾਂਡਾ ਦੀ ਰਾਏ ਕੀ ਹੈ ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਸਪੋਕਸਪਰਸਨ ਟਾਂਡਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਨੀਲ ਗਰਗ ਆਮ ਆਦਮੀ ਪਾਰਟੀ ਸਪੋਕਸਪਰਸਨ ਆ ਅਤੇ ਬਠਿੰਡੇ ਤੋਂ ਬੈਠੇ ਆ, ਅਤੇ ਬਠਿੰਡੇ ਵਿੱਚ ਸਿਆਸਤ ਆ ਜਿਹੜੀ ਹੋਰ ਤਰੀਕੇ ਨਾਲ ਤਪਦੀ ਹੈ, ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਆਮ ਆਦਮੀ ਪਾਰਟੀ ਦੀ ਕੀ ਰਾਏ ਆ। ਨੀਲ ਗਰਗ ਜੀ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਰਾਣਾ ਬਲਜੀਤ ਸਿੰਘ ਚਹਿਲ ਤੁਹਾਨੂੰ ਕਰਨਾ ਚਾਹੁੰਦਾ। ਰਾਣਾ ਬਲਜੀਤ ਸਿੰਘ ਚਹਿਲ, ਸਰ ਅਸਲ ਏਜੰਡਾ ਤੁਹਾਡਾ ਹੈ ਕੀ ਹੈ? ਅੱਜ ਏਜੰਡਾ ਕਲੀਅਰ ਕਰਕੇ ਡਿਬੇਟ ਕਰਨੀ ਹੈ ਸਰ, ਲੋਕ ਬਹੁਤ ਉਲਝਣ ਵਿੱਚ ਫਸੇ ਹੋਏ ਆ। ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਹੈ ਜਾਂ ਸਰਕਾਰ ਡਿੱਗਣੀ ਹੈ ਜਾਂ ਦੋਨੋਂ ਕੰਮ ਇਕੱਠੇ ਕਰਨੇ ਆ? KP ਸਾਹਿਬ, ਨਾ ਤਾਂ ਸਾਡਾ ਏਜੰਡਾ ਸਰਕਾਰ ਡਿੱਗਣ ਦਾ, ਨਾ ਸਾਡਾ ਏਜੰਡਾ ਕੈਪਟਨ ਸਾਹਿਬ ਨੂੰ ਲਾਉਣ ਦਾ। ਸਾਡਾ ਏਜੰਡਾ ਇੱਕੋ ਇੱਕ ਹੈ, ਆਪਦੀ ਪਾਰਟੀ ਨੂੰ ਬਚਾਉਣ ਦਾ। ਕਿਉਂਕਿ ਪਿਛਲੇ 10 ਸਾਲਾਂ ਦੇ ਜਿਸ ਤਰ੍ਹਾਂ ਅਕਾਲੀ ਦਲ ਭਾਜਪਾ ਨੇ ਰਲ ਕੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਆਪਦੇ ਘਰ ਭਰੇ, ਤੇ ਇਹਨਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਡਾ ਇੱਕ ਕਾਂਡ ਹੋਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ BFP ਵਾਲਾ, ਜਿਹੜਾ 2007 ਦੇ ਵਿੱਚ ਬਾਬੇ ਨੇ ਸਵਾਂਗ ਰਚਿਆ ਸੀ। ਉਸ ਤੋਂ ਬਾਅਦ ਬਾਬੇ ਦੀ ਫਿਲਮ ਰਿਲੀਜ਼ ਹੋਈ। ਕਿਰਪਾ ਕਰਕੇ ਸਰ ਬਾਬਾ ਨਾ ਕਹੋ ਸਰ, ਇਸ ਮੰਚ ਤੇ ਬਾਬਾ ਨਾ ਕਹੋ, ਕਿਰਪਾ ਕਰਕੇ, ਸਾਡੇ ਲਈ ਉਹ ਬਾਬਾ ਨਹੀਂ ਹੈਗਾ। ਨਹੀਂ ਸਾਧ ਕਹਿ ਦਿੰਦੇ ਆ, ਚਲੋ ਸਾਡੇ ਲਈ ਤਾਂ ਮੈਂ ਤਾਂ ਅਜੇ ਸ਼ਾਇਦ ਆਪਦਾ ਦੋਸ਼ੀ ਬਲਾਤਕਾਰੀ ਕਾਤਲ ਇਹ ਆ ਉਹ। ਹਾਂ ਬੋਲੋ। ਅਜੇ KP ਸਾਹਿਬ ਤੁਸੀਂ ਤਾਂ ਹੁਣ ਕਹਿਣ ਲੱਗੇ ਹੋਗੇ, ਅਸੀਂ ਤਾਂ ਉਦੋਂ ਦੀ ਕਹਿ ਰਹੇ ਹਾਂ ਜਦੋਂ ਤਾਂ ਉਹਨੇ ਆਪਦਾ ਪੋਸ਼ਾਕ ਜੀ ਪਾਈ ਸੀ, ਹੈ ਤਾਂ ਸਾਧ ਹੀ ਉਸ। ਤੇ ਦੂਸਰੀ ਗੱਲ ਇਹ ਆ ਵੀ ਜਿਸ ਵੇਲੇ ਕੋਟਕਪੂਰੇ ਦੇ ਸਾਧ ਸੰਗਤ ਉੱਪਰ ਗੋਲੀ ਚੱਲੀ ਸੀ, ਉਸ ਤੋਂ ਬਾਅਦ ਇਲੈਕਸ਼ਨ ਅਨਾਊਂਸ ਹੋ ਗਏ, ਤੇ ਇਲੈਕਸ਼ਨ ਅਨਾਊਂਸ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ, ਜਿਹੜਾ ਗੁਟਕਾ ਸਾਹਿਬ ਹੱਥ 'ਚ ਫੜਿਆ ਸੀ ਉਹ ਕਾਂਗਰਸ ਪਾਰਟੀ ਦਾ ਕੋਈ ਫੈਸਲਾ ਨਹੀਂ ਸੀ, ਉਹ ਇੰਡੀਵਿਜੁਅਲ ਕੈਪਟਨ ਅਮਰਿੰਦਰ ਸਿੰਘ ਨੇ ਫੜ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਬਨਿਆਦ ਕਰਕੇ ਇਹ ਸੌਂ ਖਾਧੀ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ, ਮੈਨੂੰ ਪਤਾ ਜਿਨ੍ਹਾਂ ਨੇ ਬੇਅਦਬੀ ਕਰਵਾਈ ਆ ਉਹਦਾ ਰਾਹ ਬਾਦਲ ਪਿੰਡ ਬਣੀ ਜਾਂਦਾ ਤੇ ਉਹਨਾਂ ਦੋਸ਼ੀਆਂ ਨੂੰ ਮੈਂ ਸਜ਼ਾ ਦੇਊਂਗਾ। ਹੁਣ ਕਿਤੇ ਨਾ ਕਿਤੇ ਆ ਕੇ ਜਦੋਂ ਸਰਕਾਰ ਦਾ ਇੰਨਾ ਉਸ ਰੋਧ ਰਾਣਾ ਬਲਜੀਤ ਚਹਿਲ ਤੁਹਾਡੀ ਆਵਾਜ਼ ਕੱਟ ਰਹੀ ਹੈ, ਮੈਂ ਵਾਪਸ ਆ ਜਾਊਂਗਾ ਤੁਹਾਡੇ ਕੋਲ। ਹਰੀਸ਼ ਰਾਏ ਟਾਂਡਾ, ਅਕਾਲੀ ਦਲ ਨੂੰ ਕੀ ਸਮਝ ਆ ਰਿਹਾ,
कांग्रेस के जो बागी नुमाइंदे है ये चाहते की असल में सर लोग बड़े कन्फ्यूज है पंजाब के लोग कह रहे हैं पंजाब दी समस्याओं वाला ध्यान दो इन्हां दा आपदा कलेश नहीं मुकदा पिया हरीश टांडा केपी साहब मेरी गल पूरी हो गई मैं आ रहा राणा चहल आ रहा वापस आ रहा तुहाडे कोल आ रहा हां जी टांडा साहब कांग्रेस पार्टी ने एक बहुत बड़ा फॉल्सहुड ते अपनी सरकार बनाई सी ये ठीक कह रहे हैं कि गुटका फड़ के कैप्टन साहब ने बहुत बड़ा झूठ बोलिया सी जिहड़ियां कमिटमेंट्स कीतियां सीगियां ओह कमिटमेंट्स ना निभाण योग सी ना निभा सकते सी नशे की गल करते सी नशा अगे नालों चार गुणा इन्हां दे एमएलए नशा बेचते रहे पेंडेमिक च सत्त एमएलए ते ईडी की रिपोर्ट है एक मंत्री ते एक एमपी ते ओह दबी हुई है इन्होंने रिपोर्ट इहदे अलावा जिन्ना झूठ तूफान अकाली दल ते फैला के इन्हें इलैक्शन जीती अज साढ़े चार साल बाद इन्हां दे विच हुण वॉर सक्सैशन दी शुरू हो गई क्योंकि कैप्टन साहब ने एक होर झूठ बोलिया कि मेरी आखिरी इलेक्शन हुण कैप्टन साहब कहिंदे कि मैं हले सेवा होर करनी है साढ़े चार साल जिहड़ी लुट की सेवा की है कुट की सेवा की है जो धक्के लोगों नाल कीते आ हले घट रह गए हले होर करने उन्हें सारे दे सारे जिहड़ी सैकंड रंग लीडरशिप है एक दूजे की लत्तां खिच्चण लगे हुए हैं कि कौन कैप्टन दे बाद आ लड़ाई है इन्होंने अज तक डिलीवर कुछ नहीं किया हुण इन्हां नूं लगदा आने वाला समा हस्टिंग च जाणगे ते लोकां दा मगर लगना नहीं हुण ओह जिहड़ी तड़फ है उस तड़फ दा असर है जिहड़ा आपस च छितरों छितरी होया होया मैनो मैनी होया नहीं टांडा साहब तुहानूं इउं लगदा कि इह सरकार डिगना चाह रहे आ जां अगली इलैक्शन की तैयारी करदे पए 2022 विच पंजाब कांग्रेस दा चेहरा किहड़ा होवेगा किसी के गुटिया च दम नहीं है सरकार डेग लै ये सब बाहर बैठ के मिनो मिनी होंगे कख करने योग नहीं है सारे जिनी इन्हों की लीडरशिप है इन्होंने हले तो यह नहीं पता कि सिद्धू रखना कि सिद्धू कढ़ना है हले तो आपस ही लड़ते हैं ठीक ठीक है राणा जी चल हाँ बोलो की कह रहे थे मेरी गल पहला वाले पूरी हो गई सी केपी साहब जी मैं बोलो 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 तुम पूरी कर लो पूरी कर लो थोड़ी आवाज कटी गई सी बोलो ਜੋ ਮੇਰੇ ਕਹਿਣ ਦਾ ਮਤਲਬ ਸੀ ਜਦੋਂ ਕੋਟਕਪੂਰੇ ਵਾਲੀ ਫਾਇਰਿੰਗ ਹੋਈ ਸੀ ਉਸ ਤੋਂ ਬਾਅਦ ਡੇਢ ਸਾਲ ਬਾਅਦ ਇਲੈਕਸ਼ਨ ਆ ਗਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੂ ਦੇ ਵਿੱਚ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜਾ ਕਿ ਕਾਂਗਰਸ ਪਾਰਟੀ ਦਾ ਕੋਈ ਫੈਸਲਾ ਨਹੀਂ ਸੀ ਉਹ ਕੈਪਟਨ ਅਮਰਿੰਦਰ ਸਿੰਘ ਦਾ ਇੰਡੀਵਿਜੁਅਲ ਫੈਸਲਾ ਸੀ ਦਮਦਮਾ ਸਾਹਿਬ ਵੱਲ ਕਰਕੇ ਕਿਹਾ ਸੀ ਕਿ ਮੈਨੂੰ ਪਤਾ ਜਿੰਨਾ ਕਿ ਬੇਅਦਬੀ ਕਰਵਾਈ ਆ ਉਹਦਾ ਰਾਹ ਬਾਦਲ ਪਿੰਡ ਵੱਲ ਜਾਂਦਾ ਤੇ ਉਹਦੀਆਂ ਪੈੜਾਂ ਸਰਸੇ ਵੱਲ ਵੀ ਜਾਂਦੀ ਪਰ ਅੱਜ ਸਾਡੀ ਕੈਪਟਨ ਸਾਹਿਬ ਨੂੰ ਇਹੀ ਮੰਗਾ ਸੀ ਕੋਈ ਲੀਡਰਸ਼ਿਪ ਚੇਂਜ ਕਰਨ ਦੀ ਗੱਲ ਨਹੀਂ ਕਰਦੇ ਅਸੀਂ ਸਿਰਫ ਇਹ ਗੱਲ ਕਹਿੰਦੇ ਕੈਪਟਨ ਸਾਹਿਬ ਜਦੋਂ ਤੁਹਾਨੂੰ ਪਤਾ ਸੀ ਕਿ ਬੇਅਦਬੀ ਜਿਨ੍ਹਾਂ ਨੇ ਕਰਵਾਈ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ ਤੇ ਦੂਸਰਾ ਸਭ ਤੋਂ ਵੱਡਾ ਮੁੱਦਾ ਸੀਗਾ ਨਸ਼ੇ ਦਾ ਨਸ਼ੇ ਵਾਲੇ ਲਿਫਾਫੇ ਅਜੇ ਤਾਂ ਇਹ ਹਾਈ ਕੋਰਟ ਦੇ ਚ ਬੰਦ ਪਏ ਆ ਚੈਟੋ ਉਪਾਧਿਆ ਦੀ ਰਿਪੋਰਟ ਹੋਵੇ ਚਾਹੇ ਸਿੱਧੂ ਦੀ ਰਿਪੋਰਟ ਹੋਗੀ ਉਹ ਰਿਪੋਰਟ ਖਲਵਾਉਣ ਦੀ ਗੱਲ ਆ ਹੋਰ ਐਦਾਂ ਦੀ ਕੋਈ ਗੱਲ ਰਾਣਾ ਬਜੀਤ ਸਿੰਘ ਚਾਹ ਤੁਹਾਡੇ ਸਟੈਂਡ ਤੋਂ ਮੈਨੂੰ ਇਉਂ ਲੱਗਦਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਡਰਦੇ ਹੋ ਸਾਰੇ ਲੋਕ ਤੁਸੀਂ ਖੁੱਲ ਕੇ ਨਹੀਂ ਕਹਿੰਦੇ ਪਏ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣਾ ਕਿ ਨਹੀਂ ਲਾਉਣਾ ਡਰਦੇ ਹੋ ਤੁਸੀਂ ਲੋਕ ਸੁਣੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਰ ਰਿਹਾ ਸਾਡੀ ਲੜਾਈ ਕੋਈ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਸਾਡੀ ਲੜਾਈ ਹੈ ਕਿ ਜਿਹੜੇ ਵਾਅਦੇ ਕੀਤੇ ਆ ਕਿਉਂਕਿ 10 ਸਾਲ ਦੇ ਰਾਜ ਦੇ ਵਿੱਚ ਸਾਨੂੰ ਪਤਾ ਅਸੀਂ ਆਪਦੇ ਪਿੰਡੇ ਤੇ ਹੰਡਾਈਆਂ ਲੰਬੀ ਹਲਕੇ ਦੇ ਵਿੱਚ ਬਹਿ ਕੇ ਹੰਡਾਈਆਂ ਕਿਵੇਂ ਪਾਰਟੀ ਲਿਆਂਦੀ ਹੈ ਖਤਮ ਹੁੰਦੀ ਪਾਰਟੀ ਅਸੀਂ ਨਹੀਂ ਦੇਖ ਸਕਦੇ ਤੇ ਸਭ ਤੋਂ ਵੱਡੀ ਅਸੀਂ ਗੁਰੂ ਨੂੰ ਕੀ ਮੁੱਖ ਦਿਖਾਵਾਂਗੇ ਠੀਕ ਠੀਕ ਜੇ ਅਸੀਂ ਗੁਰੂ ਦੀ ਕਿਰਪਾ ਸਦਕਾ ਉਹਨਾਂ ਦੋਸ਼ੀਆਂ ਨੂੰ ਅੰਦਰ ਨਾ ਕਰਵਾ ਸਕੇ ਤਾਂ ਲਾਣ ਤਾਂ ਸਾਡੀ ਇਹੋ ਜੀ ਸਿਆਸਤ ਕਰਨ ਤੇ ਠੀਕ 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 ਨੀਲ ਗਰਗ ਤੁਹਾਨੂੰ ਇਹਨਾਂ ਦੀ ਸਿਆਸਤ ਸਮਝ ਆ ਰਹੀ ਹੈ ਕਾਂਗਰਸ ਦੀ ਜਿਹੜੀ ਬਾਕੀ ਸੋਰ ਹੈ ਉਹਨਾਂ ਦਾ ਏਜੰਡਾ ਹੈ ਕੀ ਹੈ ਤੁਹਾਨੂੰ ਕਲੀਅਰ ਹੋ ਸਕਿਆ ਪੰਜਾਬ ਦੇ ਲੋਕ ਵਾਰ-ਵਾਰ ਇਹ ਸਵਾਲ ਕਰਦੇ ਪਏ ਆ ਉਹ ਸਾਨੂੰ ਕਹਿੰਦੇ ਆ ਤੁਸੀਂ ਰੋਜ਼ ਡਿਬੇਟ ਕਰਦੇ ਆ ਕਾਂਗਰਸ ਦਾ ਏਜੰਡਾ ਨਹੀਂ ਦੱਸ ਪਾ ਰਹੇ ਕੇਪੀ ਜੀ ਇਹਨਾਂ ਦਾ ਏਜੰਡਾ ਸਾਨੂੰ ਆਮ ਆਦਮੀ ਪਾਰਟੀ ਨੂੰ ਵੀ ਸਮਝ ਆ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆ ਰਿਹਾ ਕਿਉਂਕਿ ਪਿਛਲੇ 4.5 ਸਾਲ ਜਿਸ ਤਰੀਕੇ ਨਾਲ ਇਸ ਸਰਕਾਰ ਇਹ ਚੱਲੀ ਹੈ ਲੋਕਾਂ ਦੇ ਸਰਕਾਰ ਦੇ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਆ ਇਹ ਜਿਹੜੇ ਲੋਕ ਅੱਜ ਬਾਗੀ ਹੋਣ ਦਾ ਡਰਾਮਾ ਰਚ ਰਹੇ ਨੇ ਕੋਈ ਬਾਗੀ ਨਹੀਂ ਹੈਗੇ ਇਹ ਲਗਾਤਾਰ 4.5 ਸਾਲ ਇਸੇ ਸਿਸਟਮ ਦਾ ਇਹ ਹਿੱਸਾ ਰਹੇ ਹੈਗੇ ਆ ਸਿਰਫ ਗੱਲ ਇਹ ਡਰਾਮੇਬਾਜ਼ ਕੌਣ ਆ ਨੀਲਗਰ ਆਪਾਂ ਥੋੜਾ ਸਾਫ਼ ਕਰਦੇ ਚੱਲੀਏ ਡਰਾਮੇਬਾਜ਼ ਕੌਣ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੁੱਲੋ ਸੁਰਜੀਤ ਮਾਨ ਪ੍ਰਗਟ ਸਿੰਘ ਕੌਣ ਡਰਾਮੇਬਾਜ਼ ਲੱਗਦਾ ਤੁਹਾਨੂੰ ਉਹੀ ਕਹਿ ਰਿਹਾ ਮਾਂ ਇਹ ਸਾਰੇ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ ਜਿਸ ਤਰੀਕੇ ਦੀ ਇਹ ਗੱਲਾਂ ਕਰ ਰਹੇ ਨੇ ਇਹ ਸਿਰਫ ਤੇ ਸਿਰਫ ਲੋਕ ਦਿਖਾਵਾ ਹੈਗਾ ਗੁੱਥਮ ਗੁੱਥਾ ਹੋਣ ਦੀਆਂ ਗੱਲਾਂ ਕਰ ਰਹੇ ਨੇ ਪਰ ਐਕਚੁਅਲੀ ਚ ਗੱਲ ਕੁਝ ਹੋਰ ਹੈ ਇਹਨਾਂ ਦੀ ਤਿਆਰੀ ਜਿਹੜੀ ਹੈਗੀ 2022 ਦੀ ਤਿਆਰੀ ਕਰ ਰਹੇ ਨੇ ਕਿਉਂਕਿ ਇਸ ਟਾਈਮ ਲੋਕਾਂ ਦਾ ਜਿਹੜਾ ਹੈਗਾ ਸਰਕਾਰ ਦੇ ਪ੍ਰਤੀ ਗੁੱਸਾ ਬਹੁਤ ਜ਼ਿਆਦਾ ਹੈ ਇਹ ਇਸ
तरीके पेश आ रहे हैं कि जिहड़ा गुस्सा हैगा वह सिर्फ कैप्टन नूं एक टारगेट करके ताकि अगला इलेक्शन किसी होर दी अगवाई दे विच लड़िया जा सके और कांग्रेस जिहड़ी आ साफ बच जाए यह इन्हां दा एजेंडा हैगा क्योंकि जेकर इन्हां दे एजेंडे दे विच भू माफिया हुंदा जेकर इन्हां दे एजेंडे दे विच नशा माफिया हुंदा ट्रांसपोर्ट माफिया हुंदा बिजली माफिया हुंदी घर घर नौकरियां हुंदियां जां गुरु की बेअदबी का मुद्दा हुंदा यह मुद्दे तो असीं 4.5 सालों तो लगातार विधानसभा दे विच उठांदे रहे आम आदमी पार्टी वाले फिर इन्हां ने साडा साथ तो क्यों नहीं दिता जेकर वाकई इन्हां मुद्दों के प्रति सीरियस है तो करते की है सरकार दे विच बिल्कुल अपने इस्तीफे देन उत्थे आउण सरकार तो बस बेअदबी की गल कर दे जिहड़े मंत्री हुण लगे हुए ने ते चरणजीत चन्नी ने सुखी रंधावा ने नवजोत सिद्धू ने जदों 27 अगस्त 2018 नूं लाइव सैशन होया सी बड़िया झोलियां अड्डिया सी ਉਹਨਾਂ ਜੀ ਉਸ ਸਮੇਂ ਜਿਹੜਾ ਹੈਗਾ ਇਸੇ ਮੁੱਦੇ ਦੇ ਉੱਤੇ ਅਸਤੀਫਾ ਦੇ ਕੇ ਗਏ ਨੇ ਪਰ ਉਹਨਾਂ ਨੇ ਇਹਨਾਂ ਨੂੰ ਜੋ ਅਪੀਲ ਕੀਤੀ ਸੀ ਕਿਉਂ ਨਹੀਂ ਅਸਤੀਫਾ ਦਿੱਤਾ ਉਸ ਵਕਤ ਸੋ ਮੇਰਾ ਕਹਿਣ ਦਾ ਮਤਲਬ ਹੈਗਾ ਇਹ ਸਿਰਫ ਅਤੇ ਸਿਰਫ ਡਰਾਮਾ ਕਰ ਰਹੇ ਨੇ ਸਿਰਫ ਕਾਂਗਰਸ ਦਾ ਦੇ ਪ੍ਰਤੀ ਜਿਹੜਾ ਲੋਕਾਂ ਦਾ ਗੁੱਸਾ ਉਹਨੂੰ ਠੰਡਾ ਕਰਨ ਵਾਸਤੇ ਉਹ ਸਾਰਾ ਗੁੱਸਾ ਸਿਰਫ ਕੈਪਟਨ ਦੇ ਜੁੰਮੇ ਪਾ ਕੇ ਤਾਂ ਕਿ ਅਗਲਾ ਇਲੈਕਸ਼ਨ ਜਿਹੜਾ ਹੈਗਾ ਕਿਸੇ ਹੋਰ ਦੀ ਅਗਵਾਈ ਚ ਲੜ ਸਕੇ ਠੀਕ ਹੈ ਨਿਰਦਲ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਡਰਾਮੇਬਾਜ਼ ਕਹਿ ਰਹੇ ਹੋ ਨਵਜੋਤ ਸਿੰਘ ਸਿੱਧੂ ਕੱਲ ਨੂੰ ਜੇ ਆਮ ਆਦਮੀ ਪਾਰਟੀ ਚ ਆਉਂਦੇ ਆ ਤਾਂ ਉਦੋਂ ਡਰਾਮੇਬਾਜ਼ ਨਹੀਂ ਰਹਿਣਗੇ लेकिन जिहड़ी अज दी डेट दे विच जिहड़ा लगातार कदे यूट्यूब चैनल बना लेना उसके उत्तों गल्लां करनियां एक्शन कोई करना ना जिस तरीके दी उह गल्लां हो रही तो ड्रामेबाजी है कितने नहीं जाते कि पार्टी बनाते हैं कि पार्टी च रेंदे हैं चलो मैं छोटा ब्रेक लूँगा ब्रेक तो वापस आवा कि सियासत ड्रामा किन्ना करती है ये वक्त पर निर्भर करता है जे कल उन्होंने पार्टी बल जाए तो वह ड्रामेबाज कि ड्रामेबाज रहा अज जे करप्शन के चार्जस में तो दूजी पार्टी में जाके वो दो तोता किमें हो जाता बहुत सारे सवाल है साडा सवाल एको ही है सरकार डिगनी या कैप्टन लाना एजेंडा है की है तो वापस आके सवाल मिस्टर माली होगा जरूर एक और फिर थोड़ा स्वागत करते हैं वड़ा सवाल असं इको पुछ रहे हैं वड़ा सवाल यह पुछ रहे हैं पंजाब च कांग्रेस और कैप्टन सरकार का असल च संकट है की है माली साहब कैप्टन अमरिंदर सिंह नूं बचाउण की कोशिश की जा रही है कि कैप्टन अमरिंदर सिंह ते सारे इल्जाम ला के कैप्टन अमरिंदर सिंह नूं भी बचा लिया जाए तो कांग्रेस नूं भी बचा लिया जाए तुहानूं इह एजेंडा समझ आ रहा है जां तुहानूं कोई होर एजेंडा समझ आ रहा है मिस्टर माली पहली गल तां केपी जी इह आ समाज दे विच बहुत बड़े बदलाव हो रहे ने बहुत समस्यावां सामने आ रही ने इस करके एक विचार मंथन जिहड़ा शुरू हो रहा चाहे वह पार्टियां दे अंदर आ चाहे विचार एक दूजे दे नाल विरोध दे विच आ यह विचार मंथन चंगी गल आ इह होना चाहीदा हर एक पार्टी दे विच अंदरूनी जमहूरीत भी चाहीदी आ ते पार्टियां नूं आपस दे विच भी मुद्दिआं ते संवाद रचाउणा चाहीदा कांग्रेस पार्टी दी क्योंकि म्याद पुग चुकी आ नवीआं चोणां आ रहीआं ने इस करके उन्होंने चोणां दे विच आम तौर पर जिहड़ी भी सरकार हुंदी आ उह अपने वादे पूरे करन दी भी कोशिश करदी आ जो उहदियां गलतियां ने उहनां नूं किवें असीं टैगल करना उह भी कोशिश कर रहे ने कांग्रेस सरकार दे विच जां कांग्रेस पार्टी दे विच जिहड़ी लड़ाई आ उह संवाद दी लड़ाई आ विचारां दी लड़ाई आ कि जो कुछ हुण तक साडी रही आ कारगुजारी उह कार्यशैली की साडी ठीक आ जां गलत आ जां उहनूं बदलण दी लोड़ आ जो असीं वादे कीते ने पूरे क्यों नहीं किए जा सके केड़ियां केड़ियां गल्लां च सानूं बदलाव लिआउण दी लोड़ आ इस करके इह चर्चा जिहड़ी उह सारिआं दी चल रही आपस दे विच असल दे विच इह लड़ाई ना तां कैप्टन नूं लाउण दी आ ना इह लड़ाई किसी नूं मंत्री बनाउण ते हटाउण दी आ इह लड़ाई इह आ वी हुण 5 सालां दी कारगुजारी दे आधार ते जिहड़ियां आउण वालीआं चोणां ने उह किवें लड़ीआं जाण ते उहदे विच वख-वख ਉਹ ਵਿਚਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਦੀ ਪਲੇਸਿੰਗ ਕੀ ਹੋਵੇ ਇਹਦੇ ਵਿੱਚੋਂ ਆਪਦੇ ਆਪ ਚ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਸਵਾਲੀਆ ਚਿੰਨ੍ਹ ਬਹੁਤ ਵੱਡਾ ਤੇ ਗੰਭੀਰ ਆ ਮਾਲੀ ਸਾਹਿਬ ਨੀਲਗਰਾ ਤਾਂ ਕਹਿ ਰਹੇ ਡਰਾਮੇਬਾਜ਼ ਆ ਸਾਰੇ ਨਹੀਂ ਦੇਖੋ ਡਰਾਮੇਬਾਜ਼ ਇਸ ਕਰਕੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਕਿਉਂਕਿ ਇਹ ਵੀ ਉਹਨਾਂ ਮੁੱਦਿਆਂ ਨੂੰ ਸੰਬੋਧਿਤ ਹੋਣ ਨੂੰ ਤਿਆਰ ਨਹੀਂ ਜੋ ਮੁੱਦੇ ਸਰਕਾਰ ਦੀ ਕਾਰਜਸ਼ੈਲੀ ਕੀ ਹੋਣੀ ਚਾਹੀਦੀ ਆ ਜੋ ਪ੍ਰਗਟ ਸਿੰਘ ਉਠਾ ਰਹੇ ਨੇ ਜਾਂ ਜਿਹੜੇ ਨਵਜੋਤ ਸਿੰਘ ਸਿੱਧੂ ਉਠਾ ਰਿਹਾ ਲੰਮੇ ਸਮੇਂ ਤੋਂ ਉਠਾਉਂਦਾ ਆ ਰਿਹਾ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਲੈ ਕੇ ਲੈਂਡ ਮਾਫੀਆ ਸੈਂਡ ਮਾਫੀਆ ਇਲੀਗਲ ਕਲੋਨੀ ਦੇ ਚਲੋ
ਲੰਮੀ ਵਿਸਥਾਰਾ ਈਵਨ ਹੁਣ ਕਿਸਾਨ ਅੰਦੋਲਨ ਵੇਲੇ ਵੀ ਉਹਨੇ ਗੱਲਾਂ ਰੱਖੀਆਂ ਨੇ ਟਾਂਡਾ ਸਾਹਿਬ ਸਰ ਤੁਸੀਂ ਮੁੱਦਿਆਂ ਦੀ ਬਜਾਏ ਬੰਦਿਆਂ ਤੇ ਫੋਕਸ ਕਿਉਂ ਕਰਦੇ ਪਿਓ ਸਾਰੇ ਲੋਕ ਤੁਸੀਂ ਮੁੱਦਿਆਂ ਦੀ ਗੱਲ ਕਰੋ ਨਾ ਕਿ ਮੁੱਦੇ ਹੱਲ ਨਹੀਂ ਹੋਏਗੇ ਤੁਸੀਂ ਬੰਦਿਆਂ ਤੇ ਫੋਕਸ ਕਰਦੇ ਪਿਓ ਟਾਂਡਾ ਸਾਹਿਬ मसला रह गया कांग्रेस को बेअदबी का बैबल कला का क्या कांग्रेस को जो फाटक ते बंदे मरे है सिद्धू वाले भुल गए जो 150 आदमी शराब पी के मर गया भुल गए जेडे पंजाब दे एक्साइज दी प्लंडर कीता भुल गए सिद्धू साहब ने 2 साल मंत्री पद की मंत्री पद के समय उन्होंने की भला पंजाब का किया क्यों नहीं दसते सिद्धू साहब को डिप्टी सीएम बना दो या पार्टी का प्रधान बना दो तो मुद्दे क्या मुक जाएंगे क्या मुद्दे यही रह गए कैप्टन साहब ने स्पष्ट किया ये लड़ाई एक अंदरूनी बड़ी लड़ाई इन्हों की इसलिए है कि कांग्रेस को इलेक्शन च जाने लई मुद्दा नहीं हार नजर आ रही है शरेआम उंगली चकदे सी साडे ते हू सफर्ड लॉस बिकॉज़ ऑफ दिस ते गेन आउट ऑफ दिस इन्होंने क्यों नहीं लभिया वाई लभना चाहिए सी हुण तक ना क्यों इन्होंने 19 तक वेट किया कुंवर विजय प्रताप नूं ला के एक चलान दे के नरेटिव बनाया पार्लीमेंट दी इलेक्शन च फिर उन्होंने पेंडिंग क्यों रखिया 25 मई 19 तो लैके अज तक पेंडिंग क्यों सी अज लिया के फिर ये इशू वाई क्यों इहदा इलेक्शन नाल जोड़ की है ये कदे बेअदबी लई सीरीयस नहीं है कांग्रेस ना सिद्धू सीरीयस है ना प्रगट सीरीयस टांडा साहब तुहाडी सरकार सीरीयस सी टांडा साहब तुहाडी सरकार सीरीयस सी सर तुहाडी सरकार वेले सारा कुछ होया तुहाडी सरकार सीरीयस सी सर ਅਸੀਂ ਓਪਨ ਠੋਕ ਕੇ ਕਹਿੰਦੇ ਆ ਕਿ ਵੀ ਫੇਲਡ ਟੂ ਅਨਰਥ ਅਸੀਂ ਅੱਜ ਇਹਦਾ ਦੁੱਖ ਮਨਾਉਂਦੇ ਆ ਕਿ ਵੀ ਕੁਡ ਨਾਟ ਫਾਈਂਡ ਇਟ ਬਟ ਸਾਡੇ ਤੇ ਇਲਜ਼ਾਮ ਲਾ ਕੇ ਡਾਇਰੈਕਟ ਕਿ ਵੀ ਵਰ ਇਨਵੋਲਵਡ ਇਨ ਇਟ ਉਹ ਇਲਜ਼ਾਮ ਲਾ ਕੇ ਅੱਜ 4.5 ਸਾਲ ਇਹਨਾਂ ਨੇ ਕੀ ਕੀਤਾ ਠੀਕ ਹੈ ਠੀਕ ਠੀਕ ਹੈ ਮੈਂ ਵਾਪਸ ਆ ਰਿਹਾ ਟਾਂਡਾ ਸਾਹਿਬ ਵਾਪਸ ਆਉਂਗਾ ਇਹ ਵੀ ਕਹਿੰਦਾ ਮੈਂ ਗੱਲ ਕਰਨੀ ਚਾਹੁੰਦਾ ਜਦ ਵਿਜੀਲੈਂਸ ਪਰਗਟ ਦੇ ਘਰ ਭੇਜਣ ਜਾਂ ਵਿਜੀਲੈਂਸ ਸਿੱਧੂ ਦੇ ਘਰ ਭੇਜਣ ਉਹ ਬਹੁਤ ਮਾੜੀ ਸਾਰੀ ਵਿਜੀਲੈਂਸ ਨੂੰ ਅਕਾਲੀ ਦਲ ਨੂੰ ਫੜ ਕੇ ਅੰਦਰ ਕਰ ਦੇਣ ਵਿਜੀਲੈਂਸ ਚੰਗੀ ਤੇ ਉਹੀ ਨੂੰ ਕਹਿੰਦੇ ਆ ਹੁਣ ਫੜ ਕੇ ਅਕਾਲੀਆਂ ਨੂੰ ਅੰਦਰ ਕਰ ਦੋ ਇਸ ਇਸ਼ੂ ਤੇ ਇਹ ਕਿਸ ਇਸ਼ੂ ਤੇ ਕਹਿਣਾ ਚਾਹੁੰਦੇ ਆ ਠੀਕ ਵਾਟ ਇਜ਼ ਦਿਸ ਮੁੱਦਾ ਠੀਕ ਕਦੇ ਇਹ ਕਿਉਂ ਇਹ ਕਿ ਮੁੱਦੇ ਚ ਇਨਵੋਲਵਡ ਬੰਦੇ ਜਿਹੜਾ ਵੀ ਸੀ ਅਸੀਂ ਕਹਿੰਦੇ ਜਿਹੜਾ ਇਨਵੋਲਵਡ ਹੈ ਉਹਦਾ ਸਰਵ ਨਾਸ਼ ਹੋਵੇ ਨਾ ਬਚੇ ਠੀਕ ਜਿਹੜਾ ਇਸ ਤੇ ਰਾਜ ਕਰੇ ਉਹਦਾ ਵੀ ਸਵਰਗ ਨਾਸ਼ ਹੋਵੇ ਠੀਕ ਨਾ ਬਚੇ ਠੀਕ ਹੈ ਟਾਂਡਾ ਸਾਹਿਬ ਵਾਪਸ ਆਉਂਗਾ ਸਰ ਵਾਪਸ ਆਉਂਗਾ ਰਾਣਾ ਬਲਜੀਤ ਸਿੰਘ ਚਹਿਲ ਸਰ ਸਾਰੀਆਂ ਪਾਰਟੀਆਂ ਕਹਿ ਰਹੀਆਂ ਕਿ ਤੁਸੀਂ ਇੱਕ ਮੁੱਦਾਹੀਨ ਪਾਰਟੀ ਹੋ ਇਸ ਵੇਲੇ ਤੁਹਾਨੂੰ ਪਤਾ ਨਹੀਂ ਪਾਰਟੀ ਨੂੰ ਕਿ 2022 ਵਿੱਚ ਮੁੱਦਾ ਲੈ ਕੇ ਕਿਹੜਾ ਜਾਣਾ ਹੈ ਤੁਹਾਡੇ ਕੋਲ ਇੱਕੋ ਮੁੱਦਾ ਵਜਦਾ ਉਸ ਤੇ ਪੋਲਿਟਿਕਸ ਕਰਦੇ ਪਏ ਹੋ 2022 ਦੀ ਤਿਆਰੀ ਹੈ ਸਾਰੀ ਰਾਣਾ ਬਲਜੀਤ ਸਿੰਘ ਚਹਿਲ ਕੇਪੀ ਸਾਹਿਬ ਜਿਵੇਂ ਟਾਂਡਾ ਸਾਹਿਬ ਜ਼ੋਰ ਜ਼ੋਰ ਦੀ ਰੌਲਾ ਪਾ ਕੇ ਗੱਲਾਂ ਕਰ ਰਹੇ ਆ ਸੁਖਬੀਰ ਬਾਦਲ ਐ ਕਰਦਾ ਇਹ ਸਾਰੇ ਪੰਜਾਬ ਦੇ ਵਾਸੀਆਂ ਨੂੰ ਤੇ ਜਿਹੜੀ ਨਾਨਕਲੇਵਾ ਸੰਗਤ ਆ ਉਹਨੂੰ ਚੜਾਉਂਦੇ ਆ ਰਾਣਾ ਬਲਜੀਤ ਸਿੰਘ ਚਹਿਲ ਆਵਾਜ਼ ਆ ਰਹੀ ਹੈ ਮੇਰੀ ਮੈਂ ਡਿਸਕਨੈਕਟ ਹੋ ਗਿਆ ਤੁਸੀਂ ਡਿਸਕਨੈਕਟ ਹੋ ਗਿਆ ਨੀਲ ਗਰਗ ਜੋ ਰਾਣਾ ਚਹਿਲ ਕਹਿ ਰਹੇ ਆ ਕਿ ਇਹ ਚੜਾ ਰਹੇ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਰਾਣਾ ਚਹਿਲ ਆ ਰਿਹਾ ਹਾਂ ਬੋਲੋ ਇੱਕ ਮਿੰਟ ਨੀਲ ਗਰਗ ਉਹ ਤੁਹਾਡਾ ਡਿਸਕਨੈਕਟ ਹੋ ਜਾਂਦਾ ਮਾਰੇ ਕਨੈਕਸ਼ਨ ਆ ਮੈਂ ਕੀ ਕਰ ਸਕਦਾ ਦੱਸੋ ਬੋਲੋ ਡੇਢ ਸਾਲ ਦੇ ਵਿੱਚ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਇਹਨਾਂ ਦੇ ਉੱਤੇ ਰਹੀ ਇਹਨਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ ਕੀ ਸੱਚੇ ਸੌਦੇ ਵਾਲਿਆਂ ਦੀ ਫਿਲਮ ਚਰਾਉਣ ਪਿੱਛੇ ਇਹਨਾਂ ਦਾ ਸੌਦਾ ਨਹੀਂ ਹੋਇਆ ਸੀ ਰਾਣਾ ਚਹਿਲ ਤੁਸੀਂ ਉਹ ਪ੍ਰੂਫ ਪੇਸ਼ ਕਰੋ ਨਾ ਰਾਣਾ ਚਹਿਲ ਤੁਸੀਂ 4.5 ਸਾਲ ਬਾਅਦ ਵੀ ਇਹੀ ਕਹੀ ਨੇ ਤੁਹਾਡੀ ਸਰਕਾਰ ਅਕਾਲੀ ਦਲ ਚਲਾ ਰਿਹਾ ਸਰ ਰਾਣਾ ਚਹਿਲ ਤੁਹਾਡੀ ਸਰਕਾਰ ਅਕਾਲੀ ਦਲ ਚਲਾ ਰਿਹਾ ਕੇਪੀ ਸਾਹਿਬ ਅਸੀਂ ਕੈਪਟਨ ਸਾਹਿਬ ਨੂੰ ਤਾਂ ਹੀ ਇਸ ਗੱਲ ਵਾਸਤੇ ਕਹੇ ਆ ਕਿ ਜਿਹੜੇ ਦੋਸ਼ੀ ਆ ਨਾਲੇ ਚੋਰ ਨਾਲੇ ਚਤਰਾਈਆਂ ਨਾਲੇ ਬੇਅਦਬੀ ਕਰਵਾਈ ਨਾਲੇ ਉਹਦੇ ਤੇ ਵੋਟਾਂ ਲਈਆਂ ਤੇ ਅੱਜ ਉਹੀ ਬੰਦਾ ਕਹਿ ਰਿਹਾ ਕਿ ਕੋਈ ਕਾਰਵਾਈ ਨਹੀਂ ਕਰ ਰਹੇ
ਜਿੱਦਣ ਪੀਸੀ ਕੀਤੀ ਹੈ ਪੀਸੀ ਰਾਣਾ ਚਹਿਲ ਤੁਸੀਂ ਏਜੰਡਾ ਨਹੀਂ ਉਹਦਾ ਦੱਸ ਪਾ ਰਹੇ ਅੱਜ ਵੀ ਤੁਸੀਂ ਇਹੀ ਕਹਿ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਇਨਸਾਫ ਦਿਵਾਉਣਗੇ ਤੁਹਾਨੂੰ ਵਿਸ਼ਵਾਸ ਹੈ ਕੈਪਟਨ ਅਮਰਿੰਦਰ ਸਿੰਘ ਤੇ when he is sitting on a post of CM ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਵਾਦਾ ਉਹਨਾਂ ਨੇ ਕੀਤਾ ਸੀ ਲੋਕਾਂ ਦੇ ਨਾਲ ਕਿ ਮੈਂ ਇਹਨਾਂ ਦੇ ਦੋਸ਼ੀਆਂ ਨੂੰ ਅੰਦਰ ਕਰੂੰਗਾ ਫਿਰ ਉਹ ਕਿਉਂ ਨਹੀਂ ਕਰ ਪਾਏ ਤੇ ਜੇ ਇਸ ਚੀਜ਼ ਦੇ ਉੱਪਰ ਸਵਾਲ ਉਠਾਉਂਦੇ ਆ ਤੇ ਸਾਨੂੰ ਗੱਲਾਂ ਕਰਨ ਲੱਗ ਜਾਂਦੇ ਤੁਹਾਡੇ ਕੋਲੇ ਪ੍ਰੂਫ ਹੈਗਾ ਕੋਈ ਰਾਣਾ ਚਹਿਲ ਤੁਹਾਡੇ ਕੋਲ ਪ੍ਰੂਫ ਹੈਗਾ ਅਕਾਲੀ ਦਲ ਕਹਿੰਦਾ ਨਵਜੋਤ ਸਿੱਧੂ ਖੁਦ ਕੋਰਟ ਚਲੇ ਜਾਣ ਜਦੋਂ ਉਹ ਕੇਪੀ ਸਾਹਿਬ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਇਹ ਤਾਂ ਗੁਰੂ ਇਹਨਾਂ ਨੇ ਗੱਲ ਕੀਤੀ ਹੈ ਨਾ ਜਿਹੜੇ ਬੰਦਿਆਂ ਨੇ ਮੈਂ ਅੱਜ ਕਹਿਣਾ ਇੱਥੇ ਤੁਹਾਡੇ ਮੰਚ ਤੇ ਜਿਹੜੇ ਬੰਦਿਆਂ ਨੇ ਡੇਢ ਸਾਲ ਕੁਛ ਕੀਤਾ ਉਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਸੱਚੇ ਸੌਦੇ ਵਾਲਿਆਂ ਦੀ ਫਿਲਮ ਚਲਵਾਈ ਉਹਨਾਂ ਦਾ ਕੱਖ ਨਾ ਰਹੇ ਤੇ ਜੇ ਹੁਣ ਕਾਂਗਰਸ ਦੇ ਇਸ ਚੀਜ਼ ਉੱਤੇ ਸਿਆਸਤ ਕਰਦੀ ਹੈ ਕਾਂਗਰਸ ਦਾ ਕੱਖ ਨਾ ਰਹੇ ਪਰ ਇਹ ਵੀ ਨਾਲ ਗੱਲ ਕਰਦੇ ਕਿ ਫਿਲਮ ਉਹਦੀ ਚਲਵਾਈ ਨਹੀਂ ਸਾਹ ਦੀ ਵਿਸ਼ਾਖ ਸਾਧ ਨੂੰ ਦਿੱਤੀ ਨਹੀਂ ਨੀਲ ਗਰਗ ਇਹ ਪੋਲੀਟੀਕਲ ਡਿਬੇਟ ਸਮਾਪਤ ਹੋ ਗਈ ਆ 2022 ਤੱਕ ਅਸੀਂ ਇਹੀ ਡਿਬੇਟਸ ਕਰਦੇ ਰਵਾਂਗੇ ਪੰਜਾਬ ਦੇ ਜਿਹੜੇ ਕੋਰ ਇਸ਼ੂ ਆ ਸੀ ਉਹਨਾਂ ਦੀ ਗੱਲ ਨਹੀਂ ਕਰਾਂਗੇ ਦੇਖੋ ਕੇਪੀ ਜੀ ਇਹ ਸਾਡਾ ਦੁਖਾਂਤ ਹੈ ਹਿੰਦੁਸਤਾਨ ਦੀ ਰਾਜਨੀਤੀ ਦਾ ਮਾਲੀ ਸਾਹਿਬ ਵੀ ਇਸ ਨੂੰ ਮੰਨਣਗੇ ਇਹ ਇੱਥੇ ਜਿਹੜੇ ਅਸਲ ਮੁੱਦੇ ਹੈਗੇ ਆ ਉਹਨਾਂ ਤੇ ਗੱਲਬਾਤ ਹੁੰਦੀ ਨਹੀਂ ਜਿੱਦਾਂ 84 ਹੈਗਾ ਉਹ ਵੀ ਇਹਨਾਂ ਨੇ ਇੱਕ ਰਾਜਨੀਤਿਕ ਮੁੱਦਾ ਹੈਗਾ ਇਸੇ ਤਰ੍ਹਾਂ ਜਿਹੜਾ ਬਰਗਾੜੀ ਦਾ ਬੇਅਦਬੀ ਇਹ ਵੀ ਇਹਨਾਂ ਨੇ ਇੱਕ ਰਾਜਨੀਤਿਕ ਮੁੱਦਾ ਬਣਾ ਕੇ ਰੱਖਤਾ ਜਦਕਿ ਚਾਹੀਦਾ ਤੇ ਹੈਗਾ ਕਿ ਲੋਕ ਮੰਗਦੇ ਕੀ ਹੈ ਸਿਰਫ ਇਨਸਾਫ ਨਹੀਂ ਮੰਗ ਰਹੇ ਹੈ ਉਹ ਇਹ ਤਾਂ ਨਹੀਂ ਕਹਿੰਦੇ ਕਿਸੇ ਬੇਦੋਸ਼ੀ ਨੂੰ ਸਜ਼ਾ ਦੇ ਦਿਓ ਜਿਹੜੇ ਅਸਲ ਦੋਸ਼ੀ ਹੋਏ ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਸਜ਼ਾ ਦੇ ਦਿਓ ਔਰ ਕਿਸੇ ਨੂੰ ਇਸਦੇ ਖਿਲਾਫ ਜਿਹੜੀ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਹਾਂਡਾ ਸਾਹਿਬ ਉਹਨਾਂ ਦੀ ਪਾਰਟੀ ਇਸ ਤੋਂ ਬਚ ਨਹੀਂ ਸਕਦੀ ਕਿ ਜਦੋਂ ਪਹਿਲਾ ਐਪੀਸੋਡ ਹੁੰਦਾ ਜੂਨ ਦੇ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਔਰ ਅਕਤੂਬਰ ਦਾ ਵਾਕਿਆ ਜਦੋਂ ਤੱਕ ਘਟਨਾ ਫਾਇਲ ਦੀ ਹੁੰਦੀ ਹੈ 5 ਮਹੀਨੇ ਦਾ ਵਕਫਾ ਸੀ ਇੱਕ ਆਪਣੇ ਆਪ ਨੂੰ ਜਾਨੀ ਕਿ ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਦਾ ਮੁਖੀ ਜਿਹੜਾ ਹੈਗਾ ਉਹ ਇਹ ਕਿਵੇਂ ਸਹਾਰ ਸਕਦਾ ਸੀ ਕਿ 5 ਮਹੀਨਿਆਂ ਦੇ ਵਿੱਚ ਉਹ ਕੁਛ ਵੀ ਨਹੀਂ ਕਰ ਸਕੇ ਉਸ ਤੋਂ ਬਾਅਦ ਵੀ ਜਿਹੜੀਆਂ ਘਟਨਾਵਾਂ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਮੁੱਦੇ ਇਹਨਾਂ ਨੂੰ ਸੂਟ ਕਰਦੇ ਹੈਗੇ ਆ ਇਹਨਾਂ ਨੂੰ ਨਾ ਤਾਂ ਜਾਨੀ ਕਿ ਹੈਲਥ ਦਾ ਮੁੱਦਾ ਸੂਟ ਕਰਦਾ ਨਾ ਲੋਕਾਂ ਦੇ ਰੁਜ਼ਗਾਰ ਦਾ ਮੁੱਦਾ ਸੂਟ ਕਰਦਾ ਨਾ ਇਹਨਾਂ ਨੂੰ ਐਜੂਕੇਸ਼ਨ ਦਾ ਮੁੱਦਾ ਸੂਟ ਕਰਦਾ ਨਾ ਜਿਹੜਾ ਹੈਗਾ ਲਾ ਐਂਡ ਆਰਡਰ ਦਾ ਮੁੱਦਾ ਸੂਟ ਕਰਦਾ ਨਾ ਇਹਨਾਂ ਨੂੰ ਇਹ ਸੂਟ ਕਰਦਾ ਕਿ ਪੰਜਾਬ ਦੇ ਵਿੱਚੋਂ ਨਸ਼ੇ ਕਿਵੇਂ ਖਤਮ ਹੁੰਦੇ ਆ ਇਸੇ ਕਰਕੇ ਇਹ ਦੋਨੋਂ ਪਾਰਟੀਆਂ ਜਿਹੜੇ ਹੈਗੇ ਉਹ ਜਿੱਦਾਂ ਕਹਿੰਦੇ ਵਨ ਇਜ ਦਾ ਸੇਮ ਥਿੰਗ ਨੱਥੂ ਐਂਡ ਪ੍ਰੇਮ ਸਿੰਘ ਗੱਲਬਾਤ ਇਹਨਾਂ ਦੀ ਇੱਕੋ ਹੀ ਆ ਪਿਛਲੇ 70 ਸਾਲਾਂ 'ਚ ਜੋ ਕੁਛ ਵੀ ਕੀਤਾ ਜੋ ਕੋਈ ਚੰਗਾ ਹੋਇਆ ਉਹ ਵੀ ਇਹਨਾਂ ਨੇ ਕੀਤਾ ਪੰਜਾਬ ਦੇ ਲਈ ਜੋ ਕੋਈ ਮਾੜਾ ਹੋਇਆ ਉਹ ਵੀ ਇਹਨਾਂ ਨੇ ਕੀਤਾ ਇਸ ਚੀਜ਼ ਤੋਂ ਬਚ ਸਕਦੇ ਆ ਸੋ ਮੇਰਾ ਕਹਿਣ ਦਾ ਮਤਲਬ ਜਿੱਦਾਂ ਮਾਲੀ ਸਾਹਿਬ ਨੇ ਵੀ ਆਖਿਆ ਸੀ ਕਿ ਜਿਹੜਾ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਰੁਜ਼ਗਾਰ ਕਿੰਨੇ ਪੈਦਾ ਹੋਏ ਗੱਲ ਇਹ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ ਦਾ ਸਿਸਟਮ ਕੀ ਹੈਗਾ ਉਸ ਦੇ ਉੱਤੇ ਇਹ ਗੱਲ ਹੀ ਨਹੀਂ ਕਰਦਾ ਠੀਕ ਮੈਂ ਹੋਰ ਥੋੜ੍ਹਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਵਾਪਸ ਆ ਕੇ ਸਵਾਲ ਇਹ ਹੋਵੇਗਾ ਕਿ ਮੁੱਦਿਆਂ ਦੀ ਸਿਆਸਤ ਹੋ ਰਹੀ ਹੈ ਜਾਂ ਸਿਰਫ ਚਿਹਰਿਆਂ ਦੀ ਸਿਆਸਤ ਹੋ ਰਹੀ ਹੈ ਅਤੇ ਪੰਜਾਬ ਕਿਵੇਂ ਜਿੱਤੇਗਾ ਸਵਾਲ ਇਹੀ ਹੈ ਪੰਜਾਬ ਜਿੱਤਣ ਦੇ ਸਾਰੇ ਦਾਅਵੇ ਕਰਦੇ ਪਏ ਹੈ ਪਰ ਇਸ ਦੇ ਵਿਚਾਲੇ ਪੰਜਾਬ ਤਾਂ ਹਜੇ ਇੰਤਜ਼ਾਰ ਕਰਦਾ ਪਿਆ ਕਲੇਸ਼ ਕਦੋਂ ਮੁੱਕੇਗਾ ਪੰਜਾਬ ਕਦੋਂ ਲੀਹ 'ਤੇ ਆਵੇਗਾ ਪੰਜਾਬ ਦਾ ਅਰਥਚਾਰਾ ਜਿਹੜਾ ਉਸ ਦਾ ਬੁਰਾ ਹਾਲ ਹੈ ਬੇਰੁਜ਼ਗਾਰੀ ਦਰ ਹੈ ਉਹ ਲਗਾਤਾਰ ਵੱਧਦੀ ਪੂਰੇ ਦੇਸ਼ ਵਿੱਚ ਇਹੋ ਜਿਹਾ ਹਾਲ ਹੈ ਪਰ ਪੰਜਾਬ ਕੋਲ ਆਪਦੇ ਰਿਸੋਰਸਿਸ ਕਿੰਨੇ ਕਹਿ ਕੇ ਆ ਕੀ ਉਸ ਮਾਫੀਆ ਤੋਂ ਪੰਜਾਬ ਨੂੰ ਬਚਾਇਆ ਜਾ ਸਕਿਆ ਬਹੁਤ ਸਾਰੇ ਸਵਾਲ ਹੈ ਵਾਪਸ ਆ ਰਹੇ
ਕੋਈ ਦੀ सकती हैं प्रॉब्लम
असी एजेंडे ते गल कर रहे हैं। एजेंडा है की है? एजेंडा की बेअदबी के मुद्दे के उत्ते, गोलीकांड के मुद्दे उत्ते इंसाफ दवाना जां वाला है, पर पंजाब दे सवाल बहुत सारे है, पंजाब दे मुद्दे पासे है, चेहरे अगे है। वापस आ रहे विचार चंगे होने चाहिए जे विचार चंगे आ रहे तो आप इस चीज
ਕਾਂਗਰਸ ਦੇ ਵਿੱਚ ਦਮ ਨਹੀਂ ਹੈਗਾ ਇਹਨਾਂ ਨੂੰ ਚੋਣਾਂ ਦੇ ਵਿੱਚ ਡੱਕਣਾ। ਔਰ ਮੈਂ ਇੱਕ ਆਖਰੀ ਗੱਲ ਕਹਿ ਦਿਆਂ, ਕਾਂਗਰਸ ਦਾ ਏਜੰਡਾ ਕੁਝ ਹੋਰ। अगे लिया चाहिए पंजाब दे विच व्यापार जे चंगा होगा, जे सरहदां दे नाल इह व्यापार खुलेगा तो पंजाब की कोई गल करेगा तो पंजाब उस पिछे तुरेगा। बहुत धन्यवाद।